ਘੁਗਿਆ ਉਹ ਇਹਨਾਂ ਨੂੰ ਦੇਖਣ ਨੂੰ ਹੰਸ ਤੇ ਕੋਇਲਾਂ ਤਰਸਦੀਆਂ ਬਾਦ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭੇਜੀ ਵੀ ਔਰ ਮੀਂਹ ਭੇਜੀ ਵੀ ਆਉਂਦੇ ਸਟੇਜ ਤੇ ਕਹਿੰਦੇ ਮੀ ਆਂ ਚਲੇ ਜਾਓਗੇ ਮੈਂ ਕਹਾਂ ਜੀ ਪੰਜਾਬੀ ਸ਼ੀਂਹ ਤੋਂ ਨਹੀਂ ਡਰੇ ਤੇ ਮੀ ਤੋਂ ਕੀ ਡਰਾਂਗੇ ਦੱਸੋ ਵਾਹ ਜੀ ਵਾਹ ਇਹ ਤਾਂ ਸ਼ੀਂਹ ਤੋਂ ਡਰਨ ਵਾਲੇ ਨਹੀਂ ਮੈਂ ਕਹਾ ਸਾਡੇ ਬਾਬਾ ਹਰੀ ਸਿੰਘ ਨਲੂਆ ਨੇ ਹੱਥਾਂ ਨਾਲ ਸ਼ੇਰ ਪਾੜਦਾ ਸੀ ਤੇ ਮੀਂਹ ਤੇ ਖਲੋ ਕੇ ਅਸੀਂ ਤੇ ਦੋ ਗੱਲਾਂ ਹੀ ਮਾਰਨੀ ਆ ਕਿਹੜਾ ਸ਼ੇਰ ਮਾਰਨਾ ਸੋ ਕਹਿਣ ਦਾ ਮਤਲਬ ਇਹ ਆ ਜੀ ਕਿ ਸਭ ਤੋਂ ਪਹਿਲਾਂ ਧੰਨਵਾਦ ਸਿੱਧਵਾਂ ਸਾਹਿਬ ਦਾ ਨਹੀਂ ਭਾਜੀ ਜਿੱਥੇ ਬਾਕੀ ਭੇਜਦੇ ਭੇਜ ਲੈਣ ਉਸ ਪਿਆਰ ਚ ਮੈਨੂੰ ਵੀ ਇਹ ਮੁਹੱਬਤਾਂ ਦੀ ਬਾਰਿਸ਼ ਹੈ ਮੈਂ ਸਾਰਾ ਪੰਜਾਬ ਲੰਘ ਕੇ ਆਇਆ ਹੋਰ ਤਾਂ ਕਿਤੇ ਪੈਂਦੀ ਨਹੀਂ ਭਈ ਸਾਰਾ ਪੰਜਾਬ ਹੀ ਲੰਘ ਕੇ ਆਇਆ ਮੈਂ ਚੰਡੀਗੜ੍ਹੋਂ ਤੁਰਿਆ ਸ਼ੂਟਿੰਗ ਤੋਂ ਰਾਜ ਤਾਂ ਕਿਤੇ ਪੈਂਦੀ ਐ ਇੱਥੇ ਕਿਉਂ ਪਈ ਜਾਂਦੀ ਐ ਇੰਨੀ ਥਾਂ ਤੇ ਇਹ ਮੁਹੱਬਤਾਂ ਦੀ ਬਾਰਿਸ਼ ਹੈ ਇਹ ਅੱਜ ਭਿੱਜੇ ਨਹੀਂ ਆਏ ਜੇ ਇਹ ਕਰਮਾਂ ਵਾਲੇ ਭਿੱਜ ਰਹੇ ਜੇ ਜਿਹੜੇ ਡਰ ਗਏ ਨੇ ਘਰ ਜਾ ਕੇ ਬਹਿ ਗਏ ਨੇ ਇਹ ਜਿਹੜਾ ਤੁਸੀਂ ਥੋੜਾ ਜਿਹਾ ਭਿੱਜੇ ਹੋ ਇਹ ਸੁੱਕ ਜਾਣਾ ਪਾਣੀ ਪਰ ਇਹ ਮੁਹੱਬਤਾਂ ਇਹ ਜਿਹੜਾ ਅੱਜ ਇਹ ਮੌਸਮ ਇਹ ਜੋ ਕੁਦਰਤ ਤੁਹਾਡੇ ਨਾਲ ਇਹ ਅੰਦਰ ਇੱਥੇ ਐਸੀ ਵਸ ਜਾਣੀ ਹੈ ਇਹ ਨਹੀਂ ਕਦੇ ਮਿਟਣੀ ਤੁਹਾਡੇ ਅੰਦਰ ਉਹ ਇਹ ਨਹੀਂ ਮੁਹੱਬਤ ਕਦੇ ਮੁੱਕਣੀ ਇਹ ਉਹ ਅਸਲੀ ਆਸ਼ਿਕ ਨੇ ਬਾਪੂ ਕਰਨੈਲ ਸਿੰਘ ਪਾਰਸ ਦੇ ਜਿਹੜੇ ਕਹਿੰਦੇ ਰੱਬਾ ਅੱਜ ਜੋ ਕਰਨਾ ਹੀ ਕਰਲਾ ਅਸੀਂ ਤਾਂ ਬੈਠੇ ਆਂ ਪ੍ਰੋਗਰਾਮ ਮਾਨ ਕੇ ਜਾਣਾ ਅਸੀਂ ਤਾਂ ਬਾਪੂ ਦੇ ਚਰਨਾ ਚ ਜੁੜੇ ਹੋਏ ਆਂ ਸੋ ਬਾਰਿਸ਼ਾਂ ਸਾਨੂੰ ਕੁਝ ਨਹੀਂ ਕਹਿੰਦੀਆਂ ਛਤਰੀਆਂ ਆ ਵੀ ਲਾ ਦਿਓ ਮੈਂ ਤਾਂ ਕਹਿੰਦਾ ਉਤੋਂ ਸੋ ਇੱਕ ਗੱਲ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਹਿਬ ਸਾਡੇ ਸਾਬਕਾ ਵਜ਼ੀਰ ਕੇਂਦਰੀ ਵਜ਼ੀਰ ਸਾਡੇ ਹਿੰਦੁਸਤਾਨ ਦੇ ਉਹਨਾਂ ਨੇ ਇੱਕ ਗੱਲ ਹੁਣੇ ਕਹੀ ਕਿ ਇੱਕ ਫੋਨ ਕੀਤਾ ਤੇ ਗੁਰਪ੍ਰੀਤ ਖੁੱਗੀ ਆ ਗਿਆ ਮੈਨੂੰ ਤੁਸੀਂ ਫੋਨ ਨਹੀਂ ਕੀਤਾ ਰਾਮੂ ਵਾਲੀਆ ਸਾਹਿਬ ਮੈਨੂੰ ਤੁਹਾਡਾ ਸਿਰਫ ਇੱਕ ਜ਼ਰੀਆ ਬਣਿਆ ਮੈਨੂੰ ਕਾਲ ਤਾਂ ਬਾਪੂ ਕਰਨੈਲ ਸਿੰਘ ਪਾਰਸ ਦੀ ਆਈ ਸੀ ਤੁਹਾਡੇ ਥਰੂ ਉਹਨੇ ਇੱਕ ਮੈਸੇਜ ਦਿੱਤਾ ਮੈਨੂੰ ਕਿ ਪੁੱਤਰਾ ਇੱਕ ਮੌਕਾ ਮੇਰੇ ਕੋਲ ਆਉਣ ਦਾ ਮੇਰੇ ਨਾਲ ਬਹਿਣ ਦਾ ਨਾਲ ਰਹਿਣ ਦਾ ਜੇ ਆ ਸਕਦੇ ਨਾ ਤੇ ਆ ਜਾ ਮੈਂ ਤੁਹਾਡਾ ਸ਼ੁਕਰੀਆ ਕਰਦਾ ਕਿ ਤੁਸੀਂ ਮੇਰਾ ਮੈਸੇਜ ਮੈਨੂੰ ਪਹੁੰਚਾ ਦਿੱਤਾ ਬਹੁਤ ਮਿਹਰਬਾਨੀ ਕਿਉਂਕਿ ਤੁਹਾਡੇ ਚੋਂ ਵੀ ਆ ਪਿੰਡ ਦੇ ਵਿੱਚ ਵਸਦੇ ਵੀ ਕਈ ਐਸੇ ਨਕਰਮੇ ਲੋਕ ਹੋਣਗੇ ਜਿਹੜੇ ਸ਼ਾਇਦ ਬਾਪੂ ਜੀ ਕੋਲ ਬਹਿ ਕੇ ਗੱਲਾਂ ਨਾ ਕਰ ਸਕੇ ਹੁਣ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਕਰਕੇ ਜਾਂ ਉਲਝੇ ਵਿਆਂ ਕਰਕੇ ਤੇ ਜਾਂ ਵੈਸੇ ਹੀ ਕਈ ਵਾਰੀ ਵਖਰੇਵਿਆਂ ਕਰਕੇ ਹੁੰਦੇ ਆ ਨਾ ਜੀ ਸੋ ਮਾੜੀ ਕਿਸਮਤ ਹੋਏਗੀ ਪਰ ਮੈਂ ਸੱਚੇ ਪਾਤਸ਼ਾਹ ਦਾ ਧੰਨਵਾਦ ਦੀਆਂ ਮੈਨੂੰ ਉਹਨੇ ਮੌਕਾ ਦਿੱਤਾ ਮੈਂ ਬਾਪੂ ਕਰਨੈਲ ਸਿੰਘ ਪਾਰਤ ਸਾਹਿਬ ਸ਼੍ਰੋਮਣੀ ਕਵੀਸ਼ਰ ਮੇਰਾ ਇੱਕ ਸ਼ੋਅ ਚੱਲਦਾ ਸੀ ਕੁੱਗੀ ਐਕਸਪ੍ਰੈਸ ਉਹਦੇ ਵਿੱਚ ਮੈਂ ਇੰਟਰਵਿਊ ਕੀਤਾ ਉਹਨਾਂ ਨੂੰ ਉਦਾਂ ਤਾਂ ਮੇਰੀ ਔਕਾਤ ਨਹੀਂ ਮੈਂ ਸਵਾਲ ਕਰ ਸਕਦਾ ਪਰ ਉਹਦਣ ਮੈਂ ਕਿਉਂਕਿ ਇੰਟਰਵਿਊਅਰ ਸੀ ਮੈਂ ਇੰਟਰਵਿਊ ਲੈ ਰਿਹਾ ਸੀ ਮੈਂ ਬੜੇ ਖੈ ਖਾ ਕੇ ਸਵਾਲ ਕੀਤੇ ਵੀ ਬਾਪੂ ਜੀ ਹੁਣ ਕੀ ਕਹਿਣਗੇ ਮੈਂ ਮਜ਼ੇ ਲੈ ਲੈ ਕੇ ਸਵਾਲ ਕੀਤੇ ਪਰ ਇੱਕ ਇੱਕ ਮੈਂ ਸਵਾਲ ਮੇਰਾ ਇਡਾ ਲੰਬਾ ਹੁੰਦਾ ਸੀ ਦੋ ਲਫ਼ਜ਼ਾਂ ਚ ਸਵਾਲ ਤੋਂ ਮਾਂਝ ਕੇ ਮੈਨੂੰ ਵਾਪਸ ਕਰ ਦਿੰਦੇ ਸੀ ਸੋ ਉਹ ਸ਼ਖਸੀਅਤ ਸੀ ਬਾਪੂ ਕਰਨੈਲ ਸਿੰਘ ਪਾਰਸ ਰਾਜੇ ਵਜ਼ੀਰ ਹੋਏ ਧਰਤੀ ਤੋਂ ਚਲੇ ਕੇ ਚਾਰ ਰਾਜਿਆਂ ਤੋਂ ਵੱਧ ਨਾਮ ਨਹੀਂ ਲੋਕਾਂ ਨੂੰ ਯਾਦ ਆਉਂਦੇ ਜੇ ਗਿਣਨ ਲੱਗ ਪਾਓ ਪਰ ਬਾਪੂ ਕਰਨੈਲ ਸਿੰਘ ਪਾਰਸ ਉਹ ਸ਼ਖਸੀਅਤ ਨੇ ਜਦ ਤੱਕ ਪੰਜਾਬੀ ਜ਼ਬਾਨ ਰਹੇਗੀ ਪੰਜਾਬੀ ਲਿਪੀ ਰਹੇਗੀ ਉਦੋਂ ਤੱਕ ਬਾਪੂ ਕਰਨੈਲ ਸਿੰਘ ਪਾਰਸ ਦਾ ਨਾਮ ਰਹੇਗਾ ਕੁਝ ਸਰਵਣ ਪੁੱਤਰ ਹੁੰਦੇ ਨੇ ਜਿਨ੍ਹਾਂ ਨੂੰ ਮਾਂ ਥੋੜੀ ਉਮਰ ਤੱਕ ਪਾਲਦੀ ਐ ਫਿਰ ਉਹ ਸਰਵਣ ਪੋਤ ਹੁੰਦੇ ਨੇ ਜਿਹੜੇ ਆਪਣਾ ਫਰਜ਼ ਸਮਝ ਕੇ ਮਾਂ ਨੂੰ ਮੈਂ ਪਾਲਦੇ ਤੇ ਨਹੀਂ ਕਵਾਂਗਾ ਮਾਂ ਨੂੰ ਸੰਭਾਲਦੇ ਨੇ ਸੋ ਉਹ ਬਾਪੂ ਕਰਨੈਲ ਸਿੰਘ ਪਾਰਸ ਜੀ ਜਿਨੇ ਜਿਹਨੂੰ ਮਾਂ ਨੇ ਪਾਲਿਆ ਉਸ ਤੋਂ ਬਾਅਦ ਉਹਨੇ ساری ਉਮਰ ਮਾਂ ਨੂੰ ਸੰਭਾਲਿਆ ਅਗ ਲਾਉਣੀਆਂ ਉਹ ਜੀਆਂ ਪੀ ਐਚ ਡੀ ਦੀਆਂ ਡਿਗਰੀਆਂ ਡਾਕਟਰੇਟ ਡਿਗਰੀਆਂ ਜਿਹੜੀਆਂ ਸਿਰਫ 60000 ਤਨਖਾਹ ਲੈਣ ਜਾਂਦੀਆਂ ਮਹੀਨੇ ਬਾਅਦ ਸਾਨੂੰ ਉਹ ਜ਼ਬਾਨ ਦੇ ਪਹਿਰੇਦਾਰ ਨਹੀਂ ਚਾਹੀਦੇ ਜਿਹੜੇ ਨੌਕਰੀਆਂ ਵਾਸਤੇ ਡਾਕਟਰੇਟ ਕਰਦੇ ਨੇ ਜਿਹੜੇ ਨੌਕਰੀਆਂ ਵਾਸਤੇ ਪੀ ਐਚ ਡੀ ਕਰਦੇ ਨੇ ਨੌਕਰੀਆਂ ਵਾਸਤੇ ਐਮ ਫਿਲ ਕਰਦੇ ਨੇ ਡੀ ਲਿਟ ਕਰਦੇ ਨੇ ਕਿ ਕੱਲ ਨੂੰ ਕਿਤੇ ਚਾਂਸਲਰ ਲੱਗ ਜਾਣਗੇ ਕੱਲ ਨੂੰ ਪ੍ਰੋਫੈਸਰ ਲੱਗ ਜਾਣਗੇ ਸਾਨੂੰ ਬਾਪੂ ਕਰਤਾਰ ਸਿੰਘ ਪਾਰਸ ਵਰਗੇ ਅਨਪੜ੍ਹ ਚਾਹੀਦੇ ਨੇ ਸਾਨੂੰ ਉਹ ਅਨਪੜ ਚਾਹੀਦਾ ਜਿਹੜਾ ਪਹਿਲੇ ਦਿਨ ਸਕੂਲ ਠੁਕਰਾ ਕੇ ਆ ਜਾਂਦਾ ਜਿਹੜਾ ਸਮਝ ਜਾਂਦਾ ਕਿ ਇਹਨੇ ਸਕੂਲ ਨੇ ਮੈਨੂੰ ਕੁਝ ਨਹੀਂ ਦੇਣਾ ਮੈਂ ਤਾਂ ਕੁਦਰਤ ਆ ਆਪਣਾ ਇੱਕ ਸਕੂਲ ਚਲਾਉਣਾ ਹੈ ਉਹਨੇ ਸਕੂਲ ਚ ਲਾਇਆ ਉਹਨੇ ਯੂਨੀਵਰਸਿਟੀ ਚ ਲਾਈ ਅੱਜ ਜਿੰਨੇ ਅਸੀਂ ਕਲਾਕਾਰ ਕੰਮ ਕਰ ਰਹੇ ਆ ਨਾ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਇਹੋ ਜਿਹੇ ਚਾਰ ਪੰਜ ਸ਼ਖਸੀਤਾਂ ਦੇ ਅਸੀਂ ਜਿਹੜੇ ਰਾਹ ਦਸਾਏ ਹੋਏ ਨੇ ਉਹਨਾਂ ਦੇ ਉੱਤੇ ਚੱਲ ਕੇ ਸੇਵਾ ਕਰ ਰਹੇ ਆ ਜੇ ਉਹ ਲੋਕ ਨਾ ਹੁੰਦੇ ਅੱਜ ਅਸੀਂ ਵੀ ਮੰਚ ਤੇ ਨਾ ਖੜੇ ਹੁੰਦੇ ਤੁਹਾਡੇ ਸਾਹਮਣੇ ਇਹ ਉਹ ਲੋਕ ਬਾਪੂ ਕਰਨੈਲ ਸਿੰਘ ਪਾਰਸ ਵਰਗੇ ਉਹ ਲੋਕ ਮੈਨੂੰ ਮੀਸ਼ਾ ਸਾਹਿਬ ਦੀ ਲਾਈਨ ਯਾਦ ਆਉਂਦੀ ਹੈ ਜਦੋਂ ਇਹ ਬਾਪੂ ਬਾਪੂ ਜੀ ਜਦੋਂ ਆਪਣਾ ਸਰਗਰਮ ਸੀ ਕੰਮ ਕਰ ਰਹੇ ਸੀ ਉਦੋਂ ਕੀ ਫਿਲਮਾਂ ਨਹੀਂ ਸੀ ਬਣਦੀਆਂ ਉਦੋਂ ਲੁੱਚੇ ਲਫੰਗੇ ਗੀਤ ਨਹੀਂ ਸੀ ਚੱਲਦੇ ਉਦੋਂ ਘਟਿਆ ਰਿਕਾਰਡ ਨਹੀਂ ਸੀ ਆਉਂਦੇ ਘਟਿਆ ਗਾਣੇ ਨਹੀਂ ਸੀ ਆਉਂਦੇ ਜਿਨ੍ਹਾਂ ਨਾਲ ਪੈਸੇ ਬਹੁਤ ਬਣਦੇ ਸੀ ਪਰੋਨਾ ਨੂੰ ਪਤਾ ਸੀ ਕਿ ਕੁਦਰਤ ਨੇ ਕੀ ਡਿਊਟੀ ਲਾ ਕੇ ਭੇਜੀ ਐ ਉਹਨਾਂ ਦਾ ਫਰਜ਼ ਕੀ ਐ ਉਹਨਾਂ ਦੇ ਉੱਤੇ ਪੰਜਾਬੀ ਜ਼ੁਬਾਨ ਦਾ ਕਰਜ਼ ਕੀ ਐ ਉਹੀ ਅਦਾ ਕਰਨ ਤੇ ਲੱਗੇ ਰਹੇ ਸਾਰੀ ਜ਼ਿੰਦਗੀ ਮੀਸ਼ਾ ਸਾਹਿਬ ਦੀਆਂ ਦੋ ਲਾਈਨਾਂ ਯਾਦ ਆਉਂਦੀਆਂ ਮੈਨੂੰ ਰਾਮੂ ਵਾਲੀਆ ਸਾਹਿਬ ਮੀਸ਼ਾ ਸਾਹਿਬ ਦੀਆਂ ਦੋ ਲਾਈਨਾਂ ਯਾਦ ਆਉਂਦੀਆਂ ਕਹਿੰਦੇ ਲਹਿਰਾਂ ਸਾਨੂੰ ਵੀ ਬੁਲਾਇਆ ਸੀ ਇਸ਼ਾਰਿਆਂ ਦੇ ਨਾਲ ਲਹਿਰਾਂ ਸਾਨੂੰ ਵੀ ਬੁਲਾਇਆ ਸੀ ਇਸ਼ਾਰਿਆਂ ਦੇ ਨਾਲ ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ ਲਹਿਰਾਂ ਤਾਂ ਆਵਾਜ਼ਾਂ ਮਾਰਦੀਆਂ ਸੀ ਵੀ ਆਜਾ ਰੋੜ ਚੱਲੀਏ ਅੱਗੇ ਨੂੰ ਜਿਹੜਾ ਬੰਦਾ ਕਿਨਾਰਾ ਛੱਡ ਗਿਆ ਉਹਦਾ ਕੋਈ ਥੌਟ ਕਾਣਾ ਨਹੀਂ ਫਿਰ ਉਹਨੇ ਪਤਾ ਨਹੀਂ ਕਿੱਧਰ ਲੱਗਣਾ ਜਾ ਕੇ ਸੋ ਕਿਨਾਰਿਆਂ ਨੂੰ ਪਿਆਰ ਕਰਨ ਵਾਲੇ ਨਹੀਂ ਸਨ ਸਾਡੇ ਮਾਨਯੋਗ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਤ ਸਾਬ ਉਹ ਕਿਨਾਰੇ ਲਾਉਣ ਵਾਲੇ ਸਨ ਉਹਨਾਂ ਨੇ ਕਈ ਕਿਨਾਰੇ ਲਾਏ ਉਹਨਾਂ ਨੇ ਕਿਨਾਰੇ ਬਣਾਏ ਕਈ ਕਿਨਾਰਿਆਂ ਤੇ ਵਸਾਏ ਉਹਨਾਂ ਨੇ ਸੋ ਇੱਕ ਵਾਰੀ ਮੈਂ ਚਾਹਾਂਗਾ ਕਿ ਮੈਂ ਆਪਣੀ ਕੋਈ ਦੂਜੀ ਗੱਲਬਾਤ ਸ਼ੁਰੂ ਕਰਾਂ ਮੈਂ ਇਸ ਪੰਜਾਬ ਦੇ ਉਸ ਹੋਣਹਾਰ ਪੁੱਤਰ ਨੂੰ ਜਿਨੇ 35 ਅਖਰੀ ਸਿਰਫ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਸਾਡੇ ਤੀਸਰੇ ਪਾਤਸ਼ਾਹ ਦੀ ਬਣਾਈ ਹੋਈ 35 ਅਖਰੀ ਨੂੰ ਸਿਰਫ 35 ਅਖਰੀ ਤੱਕ ਸੀਮਤ ਨਹੀਂ ਰੱਖਿਆ ਉਹਦੇ 35 ਹਜ਼ਾਰ ਅਸਮਾਨ ਖੜੇ ਕਰ ਦਿੱਤੇ ਉਸ ਅਸਮਾਨ ਦੇ ਥੱਲੇ ਤੁਸੀਂ ਪੰਜਾਬੀ ਜ਼ੁਬਾਨ ਦਾ ਹਰ ਰੰਗ ਮਾਣਦੇ ਹੋ ਉਹ ਸੂਖਮ ਤੋਂ ਸੂਖਮ ਭਾਵ ਫੜ ਕੇ ਜਿਹੜੇ ਸਾਡੇ ਦਿਲਾਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਸ਼ਬਦ ਦਿੱਤੇ ਰਲ ਸੰਗ ਕਾਫਲੇ ਦੇ 체ਤੀ ਬੰਨ ਬਿਸਤਰਾ ਕਾਫਰ ਕਈ ਪਹਿਲੀ ਢਾਕ ਚੜੇ ਬਾਕੀ ਟਿਕਟਾਂ ਲੈਣ ਮੁਸਾਫਰ ਮੈਂ ਸਿਗਨਲ ਹੋਇਆ ਵਾਂ ਗਾਰਡ ਵਿਸਲਾ ਪਿਆ ਵਜਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਗੱਡੀਆਂ ਰੋਜ਼ ਆਉਂਦੀਆਂ ਰੋਜ਼ ਜਾਂਦੀਆਂ ਸਟੇਸ਼ਨ ਤੋਂ ਲੁਧਿਆਣਾ ਵਰਗੇ ਸਟੇਸ਼ਨ ਤੋਂ 350 ਗੱਡੀ ਪਾਸ ਕਰ ਜਾਂਦੀ ਰੋਜ਼ ਗੱਡੀਆਂ ਰੋਜ਼ 350 ਬਦਲ ਜਾਂਦੀਆਂ ਪਰ ਸਟੇਸ਼ਨ ਕਦੇ ਨਹੀਂ ਬਦਲਦੇ ਸਟੇਸ਼ਨ ਉੱਥੇ ਖੜੇ ਨੇ ਸਟੇਸ਼ਨ ਦਾ ਨਾਮ ਵੀ ਉਹੀ ਰਹਿੰਦਾ ਗੱਡੀਆਂ ਤਾਂ ਬੜੀਆਂ ਨਿਕਲ ਗਈਆਂ ਪਰ ਬਾਪੂ ਕਰਨੈਲ ਸਿੰਘ ਪਾਰਸ ਸਟੇਸ਼ਨ ਹੈ ਉੱਥੇ ਹੀ ਖੜਾ ਰਹੇਗਾ ਗੱਡੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਟੇਸ਼ਨ ਉੱਥੇ ਹੀ ਰਹੇਗਾ ਹਜ਼ਾਰ ਗੱਡੀ ਰੋਜ਼ ਆਏਗੀ 2000 ਗੱਡੀ ਰੋਜ਼ ਆਏਗੀ ਉਹ ਨਾਮ ਕਰਕੇ ਬਾਪੂ ਕਰਨੈਲ ਸਿੰਘ ਪਾਰਸ ਸਾਹਿਬ ਅਰ ਬੱਚੇ ਸਤ ਸ੍ਰੀ ਅਕਾਲ ਅਰ ਜਿਹੜੇ ਬੱਚੇ ਵੀਡੀਓ ਵੀ ਦੇਖਣਗੇ ਕਿਉਂਕਿ ਵੀਡੀਓ ਬਣ ਰਹੀ ਹੈ ਜਿਹੜੇ ਬੱਚੇ ਸਾਹਮਣੇ ਵੀ ਬੈਠੇ ਨੇ ਮੈਂ ਰਿਕਵੈਸਟ ਕਰਾਂਗਾ ਤੁਹਾਡੇ ਭਰਾ ਦਾ ਤੁਹਾਡੇ ਵੱਡੇ ਵੀਰ ਦਾ ਛੋਟੇ ਬੱਚਿਆਂ ਨੂੰ ਚਾਚਾ ਸਮਝ ਲੋ ਤਾਇਆ ਸਮਝ ਲੋ ਮੇਰੀ ਇੱਕ ਬੇਨਤੀ ਹੈ ਪੁੱਤਰ ਔਰ ਕੁੜੀਆਂ ਭੈਣਾਂ ਨੂੰ ਕਿ ਜ਼ੁਬਾਨ ਨਹੀਂ ਮਰਨ ਦੇਣੀ ਨਹੀਂ ਤੇ ਅਸੀਂ ਸਾਰੇ ਮਰ ਜਾਾਂਗੇ ਇੱਕ ਦਿਨ ਜ਼ੁਬਾਨ ਕਿੱਦਾਂ ਬਚੇਗੀ ਆ ਜੋ ਅੱਜਕੱਲ ਚੱਲ ਰਿਹਾ ਉਹਨੇ ਤੁਹਾਡੀ ਜ਼ੁਬਾਨ ਮਾਰ ਦੇਣੀ ਹੈ ਜੇ ਜ਼ਬਾਨ ਬਚਾਉਣੀ ਹੈ ਬਾਪੂ ਕਰਨੈਲ ਸਿੰਘ ਪਾਰਸ ਵਰਗਿਆਂ ਨੂੰ ਸੁਣਿਆ ਕਰੋ ਢਾਡੀ ਅਮਰ ਸਿੰਘ ਸ਼ੌਂਕੀ ਨੂੰ ਸੁਣੋ ਪਰ ਇਦਾਂ ਦੇ ਹੋਰ ਨਾਮ ਐਸੇ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਆਪਣੀ ਜ਼ਬਾਨ ਨੂੰ ਸੋਨ ਸਿੰਘ ਸ਼ੀਤਲ ਸਾਹਿਬ ਨੂੰ ਸੁਣੋ ਤੁਸੀਂ ਜੋਗਾ ਸਿੰਘ ਜੋਗੀ ਹੁਣੀ ਮਤਲਬ ਕਈ ਐਸੇ ਲੋਕ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਪਰ ਕਰਨੈਲ ਸਿੰਘ ਪਾਰਸ ਸ਼ਰੋਮਣੀ ਕਵੀ ਨੇ ਸ਼ਰੋਮਣੀ ਕਵੀਸ਼ਰ ਨੇ ਸਾਡੇ ਅਸੀਂ ਉਹਨਾਂ ਦਾ ਜ਼ਿਕਰ ਤਾਂ ਕਰ ਰਹੇ ਆਂ ਬਾਰ-ਬਾਰ ਉਹਨਾਂ ਦੀ ਜਗ੍ਹਾ ਤੇ ਅਸੀਂ ਖੜੇ ਆਂ ਉਸ ਪਾਕ ਪਵਿੱਤਰ ਧਰਤੀ ਤੇ ਖੜੇ ਆਂ ਜਿਸ ਜ਼ਰਖੇਜ਼ ਜ਼ਮੀਨ ਨੇ ਸਾਨੂੰ ਇਸ ਧਰਤੀ ਦੇ ਉੱਤੋਂ ਫਸਲਾਂ ਦਾ ਹਰ ਪਿੰਡ ਚੁੱਕਦੀਆਂ ਨੇ ਜਿਸ ਧਰਤੀ ਦੇ ਵਿੱਚੋਂ ਬਾਪੂ ਕਰਨੈਲ ਸਿੰਘ 파ਰਸ ਮੌਲਿਆ ਜਿਸ ਧਰਤੀ ਦੇ ਵਿੱਚ ਬਾਪੂ ਕਰਨੈਲ ਸਿੰਘ 파ਰਸ ਦਾ ਉਹ ਖਿਆਲਾਤ ਬੀਜੇ ਗਏ ਬੀਜ ਤਾਂ ਬਹੁਤਾਂ ਵਾਂਦੇ ਬੀਜੇ ਜਾਂਦੇ ਨੇ ਇਸ ਧਰਤੀ ਤੇ ਖਿਆਲ ਬੀਜੇ ਹੋਏ ਨੇ ਬਾਪੂ ਕਰਨੈਲ ਸਿੰਘ 파ਰਸ ਦੇ ਬੱਚਿਓ ਇਹਨਾਂ ਨੂੰ ਜ਼ਰੂਰ ਸੁਣਨਾ ਇਹਨਾਂ ਨੂੰ ਸਮਝਣਾ ਜਿਹੜੀ ਗੱਲ ਸਮਝ ਨਾ ਆਵੇ ਆਪਣੇ ਵੱਡਿਆਂ ਨੂੰ ਪੁੱਛਣੀ ਹੈ ਵੀ ਇਹ ਗੱਲ ਕੀ ਕਹਿ ਰਹੇ ਨੇ ਇਹ ਜ਼ਰੂਰ ਉਹਨਾਂ ਨੂੰ ਪੁੱਛਣਾ ਹੈ ਜ਼ਰੂਰ ਸੁਣਨਾ ਹੈ ਤਾਂ ਜ਼ਬਾਨ ਬਚੇਗੀ ਤਾਂ ਪੰਜਾਬੀ ਪੰਜਾਬੀਅਤ ਬਚੇਗੀ ਤਾਂ ਹੀ ਪੰਜਾਬੀ ਬਚਣਗੇ ਅਸੀਂ ਬਹੁਤ ਖੁਸ਼ ਹੁੰਨੇ ਆ ਨਾ ਕਿ ਹਿੰਦੀ ਫਿਲਮਾਂ 'ਚ ਅੱਜ ਪੰਜਾਬੀ ਗਾਣੇ ਆਉਣ ਲੱਗ ਪਏ ਅਸੀਂ ਖੁਸ਼ ਹੁੰਨੇ ਆ ਕਿ ਪੰਜਾਬੀ ਫੈਲ ਗਈ ਉਹ ਪੰਜਾਬੀ ਕਤਲ ਹੋ ਰਹੀ ਹੈ ਉੱਥੇ ਫੈਲ ਨਹੀਂ ਰਹੀ ਕਿਸੇ ਭਲੇਖੇ 'ਚ ਨਾ ਰਹੇ ਹੋ ਤੁਸੀਂ ਕਿਉਂਕਿ ਉੱਥੇ ਪੰਜਾਬੀ ਨੂੰ ਆਪਣੇ ਮਤਲਬ ਲਈ ਵਰਤ ਰਹੇ ਨੇ ਉੱਥੇ ਗਾਣਾ ਹਿੰਦੀ ਫਿਲਮ 'ਚ ਇਦਾਂ ਦਾ ਪਾਉਂਦੇ ਸਪਨੇ ਮੇ ਮਿਲਤੀ ਹੈ ਉਹ ਕੁੜੀ ਮੇਰੀ ਸਪਨੇ ਕੁੜੀ ਤਾਂ ਧੀ ਹੁੰਦੀ ਆਪਣੀ ਸੁਪਨੇ 'ਚ ਮਿਲਦੀ ਯਾਰ ਤੈਨੂੰ ਆ ਕੇ ਉਹ ਆਪਣੇ ਤਰੀਕੇ ਨਾਲ ਵਰਤ ਰਹੇ ਨੇ ਤੁਹਾਡੀ ਜ਼ੁਬਾਨ ਨੂੰ ਤੁਹਾਡੀ ਜ਼ੁਬਾਨ ਨੂੰ ਕਿਸੇ ਹਿੰਦੀ ਫਿਲਮ ਨੇ ਕਿਸੇ ਅੰਗਰੇਜ਼ੀ ਫਿਲਮ ਨੇ ਨਹੀਂ ਬਚਾਉਣਾ ਤੁਸੀਂ ਆਪ ਬਚਾਉਣਾ ਆਪਣੀ ਵੈਸੇ ਤੇ ਕੀ ਤੁਹਾਡਾ ਨਾ ਵੀ ਸ਼ਿਕਵਾ ਕੀ ਕਰੀਏ ਸਕੇ ਮਾਂ ਪਿਓ ਦੀ ਕਦਰ ਨਹੀਂ ਰਹੀ ਘਰਾਂ 'ਚ ਤੇ ਪੰਜਾਬੀ ਮਾਂ ਤੇ ਫਿਰ ਅੱਗੇ ਦੀ ਗੱਲ ਹੈ ਨਾ ਚਲੋ ਹੁਣ ਥੋੜਾ ਬੱਚਿਆਂ ਨੇ ਕਿਹਾ ਯਾਰ ਇਹਨਾਂ ਇਸ ਕੰਮ ਨੂੰ ਬੁਲਾਇਆ ਸੀ ਇਹਨੂੰ ਭੇਜੀ ਦਿਓ ਵਾਪਸ ਹੁਣ ਕਈ ਦੁਖੀ ਵੀ ਹੁੰਦੇ ਹੋਣੇ ਹੈ ਨਾ ਜੀ ਵਿੱਚ ਨਿਆਣੇ ਤੰਗ ਹੋਣ ਲੱਗ ਪਏ ਹੋਣੇ ਕਰਾਂਜੀ ਕਦਰ ਦੀ ਰਾਗੀ ਬਜ਼ੁਰਗਾਂ ਦੀ ਮੈਂ ਵੇਖਿਆ ਹੁਣ ਤੇ ਚਲੋ ਮੌਸਮ ਚੰਗਾ ਆ ਜੂਨ ਦਾ ਮਹੀਨਾ ਆ ਜਾਣਾ ਮਈ ਜੂਨ ਦੇ ਮਹੀਨੇ ਦੇ ਵਿੱਚ ਮੈਂ ਵੇਖਿਆ ਮੁੰਡਾ ਅੰਦਰ ਏਸੀ ਲਾ ਕੇ ਬੀਵੀ ਤੇ ਬੱਚੇ ਲੈ ਕੇ ਬੈਠਾ ਹੁੰਦਾ ਤੇ ਬੁੱਢਾ ਵਿਚਾਰਾ ਬਾਹਰ 메ਨ ਗੇਟ ਤੇ ਬਿਠਾਇਆ ਹੁੰਦਾ ਉਹ ਵੀ ਧੁੱਪੇ ਵਿਚਾਰਾ ਜੂਨ ਦੇ ਮਹੀਨੇ 2:30 ਵਜੇ ਆਪਣੇ ਮੰਜੇ ਤੋਂ ਖੁੰਡੀ ਨਾਲ ਕੁੱਤੇ ਨੂੰ ਉਠਾਉਣ ਡਿਆ ਧੜਿਸ਼ ਈਸ਼ ਕੁੱਤਾ ਵੀ ਉਹ ਗੋਕੂਰੀਆਂ ਪਾਪਾ ਕਹਿੰਦਾ ਬਹੁਤਾ ਚੌਧਰੀ ਨਾ ਬਣ ਤੇਰੀ ਮੇਰੀ ਕੁਝ ਨਹੀਂ ਇੱਜ਼ਤ ਐ ਇਸ ਘਰ 'ਚ ਇਹ ਸਚਾਈਆਂ ਨੇ ਚੰਗੀਆਂ ਭਲੀਆਂ ਨੂੰਆਂ ਵੇਖੀਆਂ ਅੰਦਰ ਵੜ ਵੜ ਕੇ ਬੰਦੇ ਨੂੰ ਸ਼ਿਕਾਇਤਾਂ ਲਾਉਣਗੀਆਂ ਆਪਣੇ ਸਹੁਰੇ ਦੀ ਅਖੇ ਬਾਪੂ ਜੀ ਸਹੁਰਾ ਸਾਰਾ ਦਿਨ ਵੇਲੇ ਰਹੇ ਪੁੱਛੇ ਬਾਪੂ 95 ਦਾ ਹੋ ਗਿਆ ਨੂੰ ਹੁਣ ਮਿਲਟਰੀ ਚ ਭਰਤੀ ਕਰਾ ਦੇਈਏ ਕਹਿਣਗੇ ਬਾਪੂ ਜੀ ਕੋਲ ਨੂੰ 스멜 ਬहोत ਆਂਦੀ ਹੈ ਮੈਂ ਕਿਹਾ 스멜 ਤੇ ਆਉਣੀ ਹੈ ਜਿਹੜਾ ਦਿਹਾੜੀ ਚ ਤਿੰਨ ਵਾਰੀ ਆਪਣੇ ਫਿਸ਼ ਫਿਸ਼ ਮਾਰਦੇ ਹੋ ਬਗਲਾਂ ਚ ਕਿਤੇ ਦੋ ਵਾਰੀ ਬਾਪੂ ਦੇ ਵੀ ਮਾਰੋ ਵੇਖਿਓ ਬਾਪੂ ਲਪਟਾਂ ਛੱਡਦਾ ਕਿ ਨਹੀਂ ਫਿਰ ਨਹੀਂ ਉਹ ਕਦਰ ਹੀ ਨਹੀਂ ਰਹੀ ਘਰਾਂ ਦੇ ਵਿੱਚ ਹੀ ਨਹੀਂ ਰਹਿ ਗਏ ਤੇ ਕਿਸੇ ਨੂੰ ਕੀ ਕਹਿਣਾ ਸੀ ਮੈਨੂੰ ਤਾਂ ਹੁਣ ਕਿਉਂਕਿ ਪਿੰਡ ਦਾ ਮਾਹੌਲ ਹੈ ਮੈਨੂੰ ਤਾਂ ਪਿੰਡ ਦੀ ਗੱਲ ਯਾਦ ਆ ਕਿ ਬੜਾ ਦੇਸੀ ਹੀ ਉਮਰ ਵੀ ਆਪਣੇ ਆਪ 'ਚ ਬੜੀ ਵੱਡੀ ਗੱਲ ਹੁੰਦੀ ਹੈ ਮੇਰੀ ਬਹੁਤ ਪੁਰਾਣੀ ਟੇਪ ਦੇ ਵਿੱਚ ਇੱਕ ਗੱਲ ਸੀ ਸਾਡੇ ਪਿੰਡ ਦੀ ਮੈਂ ਆਪਣੇ ਪਿੰਡ ਤੇ ਹੀ ਗੱਲ ਸੁਣਾਈ ਸੀ ਸਾਡੇ ਪਿੰਡ ਨਾ ਵਿਚਾਰਾ ਬਜ਼ੁਰਗ ਹੋ ਗਿਆ ਕੋਈ 80ਆਂ 82ਆਂ ਦਾ ਉਹਨੂੰ ਉਹਦੇ ਮੁੰਡੇ ਨੇ ਕਿਹਾ ਵੀ ਬਾਪੂ ਤੂੰ ਹੁਣ ਬਜ਼ੁਰਗ ਹੋ ਗਿਆ ਤੇ ਤੇਰ ਕੋਈ ਕੰਮ ਨਹੀਂ ਹੁੰਦਾ ਤੇ ਬਾਪੂ ਲੈ ਫੇ ਅੱਜ ਤੋਂ ਬਾਅਦ ਤੂੰ ਮੋਜੀ ਠਾਕਰ ਮੌਜਾਂ ਲੈ ਕੇ ਬਰਾੜ ਸਾਹਿਬ ਕਹਿੰਦਾ ਤੂੰ ਮੋਜੀ ਠਾਕਰ ਮੌਜਾਂ ਲੈ ਕੇ ਬਾਪੂ ਬੜਾ ਖੁਸ਼ ਵੀ ਚਲੋ ਅੱਜ ਕੰਮ ਤੋਂ ਸੁਰਖਰੂ ਹੋ ਗਏ ਅਗਲੇ ਦਿਨ ਸਵੇਰੇ ਮੁੰਡੇ ਨੇ ਜਾਣ ਲੱਗੇ ਆਵਾਜ਼ ਦਿੱਤੀ ਜਾਂਦਾ ਬਾਪੂ ਮੈਂ ਚੱਲਿਆਂ ਖੇਤ ਤੇ ਤੂੰ ਇਦਾਂ ਕਰੀ ਵੀ ਇੱਥੇ ਵਿਹਲਾ ਬੈਠਾ ਡੰਗਰ ਨਵਾ ਕੇ ਧੁੱਪੇ ਬੰਨਦੀ ਫੇਰ ਤੂੰ ਮੋਜੀ ਠਾਕਰ ਮੌਜਾਂ ਲਈਂ ਕੇ ਬਾਪੂ ਉੱਥੇ ਗਾਸ਼ ਪੈ ਗਈ ਵੀ 12 ਮੱਝਾਂ ਦੋ ਝੋਟੇ ਤੇ 6-7 ਕੱਟੇ-ਕਟੀਆਂ ਨਵਾ ਕੇ ਮੈਂ ਧੁੱਪੇ ਬੰਨੇ ਤੇ ਜਿਵੇਂ ਮੋਜੀ ਠਾਕਰ ਹੀ ਆਂ ਚਲੋ ਕੋਈ ਨਹੀਂ ਜਾਂਦਾ ਜਾਂਦਾ ਵੀ ਕੰਧ ਦੇ ਉੱਤੋਂ ਦੀ ਆਵਾਜ਼ ਦੇ ਗਿਆ ਜਾਂਦਾ ਵਿਹਲਾ ਹੋ ਕੇ ਬਾਪੂ ਰੋਟੀ ਲੈ ਆਈ ਮੇਰੀ ਖੇਤ ਫਿਰ ਤੂੰ ਮੌਜੀ ਠਾਕਰ ਮੌਜਾਂ ਲਈ ਕੇ ਬਾਪੂ ਤਾਂ ਫਿਰ ਦੰਦਲਾ ਪੈ ਗਈਆਂ ਵੀ 3.5 ਕਿਲੋਮੀਟਰ ਰੋ ਸਾਡੇ ਖੇਤ ਨੇ ਰੋਹੀ ਵਾਲੇ ਮੈਂ ਤੁਰ ਕੇ ਉੱਥੇ ਰੋਟੀ ਦੇਣਾ ਆ ਮੈਂ ਤੇ ਅੱਜ ਮੈਂ ਮੌਜੀ ਠਾਕਰੀ ਆ ਚਲੋ ਉਹ ਜਾਣੇ ਬਾਪੂ ਨੇ ਡੰਗਰ ਕੱਢ ਕੇ ਨਵਾਏ ਬਾਹਰ ਬੰਨੇ ਧੋਪੇ ਉਹਨੇ 19 ਦਿਨ ਨੂੰ ਰੋਟੀ ਤਿਆਰ ਹੋ ਗਈ ਲੈ ਕੇ ਤੁਰ ਪਿਆ ਵਿਚਾਰਾ ਪੌਣੇ ਘੰਟੇ ਚ ਖੇਤ ਪਹੁੰਚਿਆ ਉਹ ਰੋਹੀ ਵਾਲੇ ਖੇਤ ਕਿਹੜੇ ਲਾਗੇ ਸੀ ਤੂੰ ਸੀ ਟੱਪ ਕੇ ਜਾਣਾ ਪੈਂਦਾ ਸੀ ਹੋਣ ਉਥੇ ਪਹੁੰਚਿਆ ਲਿਆ ਕੇ ਜਿੱਦਾਂ ਰੋਟੀ ਮੁੰਡੇ ਕੇ ਰੱਖਿਆ ਆਂਦਾ ਬਾਪੂ ਚੱਲ ਵੈਸੇ ਤੇ ਤੈਨੂੰ ਮੌਜਾਂ ਆਈਆਂ ਹੁਣ ਵੇਲਾ ਆਈਆਂ ਐਦਾਂ ਵਾਂ ਭਈ ਮੈਂ ਜਦ ਤੱਕ ਰੋਟੀ ਖਾਣਾ ਤੇ ਬੌਲ ਤੇ ਖੜੇ ਕਿਉਂ ਕਰਨੇ ਆ ਤੇ ਇਦਾਂ ਕਰ ਦੋ ਸਿਆੜ ਤੂੰ ਕੱਢ ਲੈ ਫੇਰ ਤੂੰ ਮੌਜੀ ਠਾਕਰ ਮੌਜਾਂ ਲਈਂ ਕੇ ਬਾਪੂ ਵਿਚਾਰੇ ਨੇ ਹੁਣ ਮਰਦਾ ਕੀ ਨਾ ਕਰਦਾ ਹੁਣ ਨਾ ਕਰੇ ਤੇ ਲੜਾਈ ਪਾਵੇ ਉਹਨੇ ਡੰਗਰ ਉਹਨੇ ਫੜ ਲੇ ਬੌਲ ਦੇ ਵਿਚਾਰਾ ਹਲਵਾਉਣ ਲੱਗ ਪਿਆ ਰੋਟੀ ਖਾ ਕੇ ਮੁੰਡਾ ਸੌਂ ਗਿਆ ਉਹਨੂੰ ਨੀਂਦ ਆ ਗਈ 5:30 ਵਜੇ ਉੱਠੋ ਹੋ ਹੋ ਕਹਿੰਦਾ ਬਾਪੂ ਤੂੰ ਤੇ ਕੰਮ ਹੀ ਬੜਾ ਕਰ ਛੱਡਿਆ ਦਫਾ ਕਰ ਕਹਿੰਦਾ ਬਾਪੂ ਛੱਡ ਦੇ ਮੈਂ ਬਹੁਨਾ ਹਾਲ ਏਦਾਂ ਕਰ ਤੂੰ ਪੱਠੇ ਵੱਢ ਕੇ ਲੈ ਜਾ ਪੱਠਿਆਂ ਦੀ ਪੰਡ ਲੈ ਜਾ ਕਰ ਤੇ ਫੇਰ ਤੂੰ ਮੋਬੀ ਠਾਕਰ ਮੋਬਜਾਂ ਲਈਂ ਕੇ ਬਾਪੂ ਨੇ ਪੱਠੇ ਵੱਡੇ ਵਿਚਾਰੇ ਨੇ ਪੰਡ ਉੱਤੇ ਰੱਖੀ ਵੱਟ ਤੋਂ ਪੈਰ ਤੇ ਲੱਗਿਆ ਬਾਪੂ ਥੱਲੇ ਪੰਡ ਉੱਤੇ ਮੁੰਡਾ ਖੇਤੋਂ ਵੇਲਾ ਕੇ ਪੰਡ ਭਾਰੀ ਸੀ ਬਾਪੂ ਕੋਲੋਂ ਨਿਕਲਿਆ ਨਾ ਗਿਆ ਥੱਲਿਓ ਮੁੰਡਾ ਜਿੱਦਾਂ ਹੀ ਵਾਪਸ ਤੁਰਿਆ ਨੇ ਵੇਖਿਆ ਪੰਡ ਪਈ ਪੱਠਿਆਂ ਦੀ ਥੱਲਿਓ ਦੋ ਪੈਰ ਜੇ ਵੀ ਦਿਸੇ ਉਹਨੂੰ ਤੁਹਾਨੂੰ ਸਮਝਣਾ ਆਈ ਪੀ ਕੌਣ ਹੈ ਤੇ ਵਾਜ ਦੇ ਕੇ ਕਹਿੰਦਾ ਕਿਹੜਾ ਪਿਆ ਪੰਡ ਥੱਲੇ ਬਾਪੂ ਪੰਡ ਦੇ ਥੱਲੇ ਹੋਈ ਬੋਲਿਆ ਫਿਰ ਆਨਾ ਪੰਡ ਚੋੱਕ ਕੇ ਵੇਹ ਤੇਰੀ ਬੇਬੇ ਦਾ ਖਸਮ ਪਿਆ ਮੌਜੀ ਠਾਕਰ ਮੌਜਾਂ ਲੈਣ ਡਿਆ ਗਏ ਇਹ ਸਾਡੀ ਉਧਰਲੀ ਬੋਲੀ ਗੁਰਦਾਸਪੁਰੀ ਮੈਂ ਤਾਂ ਤੁਹਾਨੂੰ ਸੁਣਾਈ ਉਸ ਬੋਲੀ ਚ ਉਹ ਉਹਦਾ ਵੀ ਆਪਣਾ ਹੀ ਰਸ ਕਿਉਂਕਿ ਹਰ ਥਾਂ ਦੀ ਬੋਲੀ ਦਾ ਵੀ ਆਪਣਾ ਹੀ ਸਵਾਦ ਹੈ ਮੇਰੀਆਂ ਤੁਸੀਂ ਫਿਲਮਾਂ ਦੇਖੀਆਂ ਮੈਂ ਹਰ ਫਿਲਮ ਚ ਹਰ ਤਰ੍ਹਾਂ ਦਾ ਕੈਰੈਕਟਰ ਕੀਤਾ ਐਂ ਤਾਂ ਵੀਰੇ ਮਲਬਈ ਵੀ ਬਹੁਤ ਸੋਹਣੀ ਬੋਲੀ ਮੈਂ ਕਈ ਫਿਲਮਾਂ ਦੇ ਵਿੱਚ ਕਈ ਡਰਾਮੇ ਦੇ ਵਿੱਚ ਤੁਸੀਂ ਸੁਣਿਆ ਐਂ ਤਾਂ ਕਿਹੜੀ ਗੱਲ ਆ ਵੀਰੇ ਹੈ ਤਾਂ ਸਾਡੀ ਪੰਜਾਬ ਦੀ ਭਾਸ਼ਾ ਜਿਹੜੀ ਮਰਜ਼ੀ ਬੋਲੋ ਵੀਰੇ ਆਗੇ ਮੁੰਡੇ ਆ ਸਾਡੀ ਮੁੰਡੇ ਯੂਕੇ ਦੇ ਫਿਲਮ ਦੇਖੀ ਤੇ ਉਹ ਦੁਆਬੇ ਵਾਲਾ ਬਣਿਆ ਸੀ ਕਿਨ ਮੈਂ ਤਾਂ ਕਿਦਾਂ ਉਹਨੂੰ ਕਿਹਾ ਯਾ ਕਿਦਾ ਅਠਖੜ ਇਹ ਦੁਆਬੀ ਹੈ ਉਹ ਅਠਖੜ ਉਹ ਤਾਂ ਕਿਦਾ ਮੋੜੇ ਗਿਆ ਉਹ ਆ ਮੋੜੇ ਗਿਆ ਉਹ ਸੋ ਇਹ ਦੁਆਬੇ ਦੀ ਹੈ ਹਰ ਇਲਾਕੇ ਦੀ ਆਪਣੀ ਖੂਬੀ ਹੁੰਦੀ ਹੈ ਉਥੋਂ ਦੇ ਲੋਕਾਂ ਦੇ ਰਹਿਣ ਸਹਿਣ ਦੀ ਵੀ ਖੂਬੀ ਹੁੰਦੀ ਹੈ ਆ ਹੁਣ ਮਾਲਵਾ ਤਰੱਕੀ ਬਹੁਤ ਕਰ ਗਿਆ ਖੈਰ ਤੇ ਮਾਝਾ ਵੀ ਪੈਰਾਂ ਤੇ ਹੋ ਗਿਆ ਪਹਿਲਾਂ ਸਿਰਫ ਦੁਆਬਾ ਹੀ ਤਰੱਕੀ ਕਰ ਗਿਆ ਸੀ ਕਿਉਂਕਿ ਦੁਆਬਾ ਹੀ ਬਾਹਰ ਗਿਆ ਸੀ ਆ 10 ਸਾਲਾਂ ਚ ਚੇਂਜ ਆਈ ਸਾਰੀ 10 15 20 ਸਾਲਾਂ ਚ ਆ ਦੁਆਬਾ 100 ਸਾਲ ਪਹਿਲਾਂ ਬਾਹਰ ਚਲਾ ਗਿਆ ਸੀ ਦੁਆਬੇ ਦੇ ਕਿਸੇ ਬਜ਼ੁਰਗ ਨੂੰ ਪੁੱਛਣਾ ਨਾ ਬਾਪੂ ਜੀ ਮੁੰਡੇ ਕੀ ਕਰਦੇ ਆ ਇਹ ਤਾਂ ਬੜਾ ਤਾਂ ਅਮਰੀਕੇ ਆ ਬਚਾੜ ਲੱਕੜੀ ਡੇ ਹੁੰਦਾ ਛੋਟਾ ਜਰਮਨ ਮੰਗਿਆ ਉਹ ਵੀ ਗਿਆ ਹੀ ਸਮਝੋ ਇਹਨਾਂ ਕੋਲ ਦੇ ਮੁੰਡੇ ਮੁੱਕ ਜਾਂਦੇ ਕੰਟਰੀਆਂ ਨਹੀਂ ਮੁੱਕਦੀਆਂ ਮੁੰਡਾ ਜੰਮੇ ਸਹੀ ਨਰਸੇ ਇਧਰੋਂ ਮੁੰਡਾ ਫੜਾ ਕੇ ਜਾਂਦੀ ਨਾਲ ਹੀ ਨਕਸ਼ਾ ਖੋਲ ਲੈਂਦੇ ਨੇ ਵੀ ਹੁਣ ਇਹ ਵਾਲੇ ਨੂੰ ਕਿੱਧਰ ਭੇਜਣਾ ਮੈਂ ਕਿਹਾ ਮਾਲਵੇ ਚ ਆ ਜਾਓ ਉਸ ਸਮੇਂ ਦੀ ਗੱਲ ਹੁਣਦੀ ਨਹੀਂ ਹੁਣ ਤਾਂ ਤਰੱਕੀ ਹੋ ਗਈ ਮਾਲਵੇ ਚ ਆ ਜਾਓ ਪੁੱਛੋ ਬਾਪੂ ਜੀ ਮੁੰਡੇ ਕੀ ਕਰਦੇ ਇਹਨਾਂ ਵੱਡਾ ਦਾ ਪੁੱਕੀ ਜੰਦਰ ਹੋਇਆ ਬਚਾੜ ਲੈਦੇ ਹੱਡਾ ਜੀ ਫੀਮ ਪੈ ਗਈ ਸ਼ਰਮ ਮੇਰੀ ਉੱਠਦਾ ਤੇ ਸਭ ਤੋਂ ਛੋਟਾ ਕਦੇ ਘਰੇ ਨਹੀਂ ਪੜਿਆ ਮੈਂ ਹੁਣ ਸਾਡੇ ਉਧਰ ਆ ਜਾਓ ਗਰਦਾਸਪੁਰ ਅੰਮ੍ਰਿਤਸਰ ਬਾਰਡਰ ਤੇ ਪੁੱਛੋ ਬਾਪੂ ਜੀ ਮੁੰਡੇ ਕੀ ਕਰਦੇ ਨੇ ਆਉਂਦਾ ਭਟਾ ਦੇ ਬਾਰਡਰ ਟੱਪ ਗਿਆ ਤਬਈ ਘਾਰ ਲਾ ਬੰਦਾ ਮਾਰ ਕੇ ਅੰਦਰ ਹੋਇਆ ਤੇ ਨਿਕਾ ਕੇ ਉਹਦੀ ਬੁੱਢੀ ਕੱਢ ਕੇ ਲਾ ਗਿਆ ਕੀ ਦੱਸੀਆ ਥੈਂਕ ਯੂ ਬ੍ਰਦਰ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਇਲਾਕੇ ਦੀਆਂ ਖੂਬੀਆਂ ਹੁੰਦੀਆਂ ਹਰ ਥਾਂ ਦੀ ਆਪੋ ਆਪਣੀ ਖੂਬੀ ਹੁੰਦੀ ਨਾ ਸਾਡਾ ਬੜਾ ਦੇਸੀ ਹਿਊਮਰ ਹੈ ਬਾਰਡਰ ਸਾਈਡ ਤੇ ਕਿਉਂਕਿ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਮੁਹਿਮਾ ਹੀ ਰਹੀਆਂ ਸਾਨੂੰ ਤੇ ਮੁਹਿਮ ਸ਼ੁਰੂ ਉਧਰੋਂ ਹੁੰਦੀ ਸੀ ਅਬਦਾਲੀ ਆਉਂਦਾ ਸੀ ਪਹਿਲੋਂ ਸਾਨੂੰ ਹੀ ਕੁੱਟਣਾ ਸ਼ੁਰੂ ਕਰਦਾ ਸੀ ਗਜਨਵੀ ਵੀ ਆਇਆ ਪਹਿਲੋਂ ਉਧਰੋਂ ਹੀ ਪੰਨਦਾ ਆਇਆ ਸਾਨੂੰ ਮਾਰ ਹੀ ਬੜੀ ਖਾਦੀ ਸਾਡੇ ਇਲਾਕੇ ਨੇ ਠੀਠ ਹੋ ਗਿਆ ਇਲਾਕਾ ਵਾਲਾ ਤੇ ਉੱਥੇ ਹਰ ਗੱਲ ਤੇ ਹੱਸਦੇ ਨੇ ਚੰਗੀ ਮਾੜੀ ਗੱਲ ਤੇ ਉਹਨਾਂ ਨੂੰ ਹੱਸਣਾ ਆਉਂਦਾ ਮਤਲਬ ਰੋਣ ਵਾਲੀ ਗੱਲ ਤੋਂ ਵੀ ਹੱਸ ਸਕਦਾ ਉਹ ਜਿਹੜਾ ਇਲਾਕਾ ਐਸਾ ਹੈ ਉਹ ਵਿਚਾਰੇ ਢੀਠ ਪੁਣੇ ਜਿਹੀ ਹੱਸੀ ਜਾਣਗੇ ਸਾਡੇ ਉੱਥੇ ਪਿੰਡ ਪ੍ਰੀਤਮਾ ਮੁੰਡਾ ਮੁੰਡਾ ਕਹਾ ਤਾਂ ਉਹ ਤੇ ਵਿਚਾਰਾ ਸਿਆਣਾ ਹੋ ਗਿਆ ਤੇ ਕੰਮ ਕੁਮ ਦਾ ਕੋਈ ਸੈਟ ਨਹੀਂ ਸੀ ਤੇ ਉਹਨੇ ਧਾਰੀਵਾਲ ਉੱਥੇ ਪਾ ਲਿਆ ਜੀ ਘੜੁਕਾ ਇਥੇ ਵੀ ਘੜੁਕਾ ਹੀ ਕਹਿੰਦੇ ਜੀ ਨੂੰ ਕਦੀ ਮਰੂਤਾ ਵੀ ਕਹਿੰਦੇ ਨੇ ਹਨਾ ਕਿਤੇ ਉਹਨੇ ਘੜੁਕਾ ਪਾ ਲਿਆ ਤੇ ਮੈਂ ਪਿੰਡ ਗਿਆ ਮੈਂ ਹਮ ਪਿੱਛੇ ਤੇ ਗਿਆ ਮੈਂ ਮਹੀਨਾ ਕੇ ਪਹਿਲਾਂ ਮੈਂ ਹਮ ਪ੍ਰੀਤਮਾ ਕਿਦਾਂ ਚੱਲਦਾ ਕੰਮ ਕੜੂ ਕਾਠੀ ਕੀ ਚੱਲਦਾ ਆਹਦਾ ਭਾਉ ਠੀਕ ਕੀ ਚੱਲਣਾ ਵੇਖ ਲਾ ਪਈ ਤਿੰਨ ਮਹੀਨੇ ਹੋ ਗਏ ਪਾਏ ਨੂੰ ਇਹਦੇ 12 ਮਕਾਨਾ ਮਿਲੀਆਂ ਕਹਿੰਦਾ ਉਹ ਮਕਾਨਾ ਤਾਂ ਹੀ ਚੱਲਦੇ ਨਾ ਕੜੁਕੇ ਤਾਂ ਜਾਨ ਨਹੀਂ ਜਾਂਦਾ ਤੇ ਮੈਂ ਮੈਂ ਕਹਿੰਨੀ ਫਿਰ ਵੀ ਦਿਹਾੜੀ ਤੇ ਲਾਉਂਦਾ ਹੀ ਹੋਏਗਾ ਜੇ ਮਕਾਨਾ ਨਹੀਂ ਵੀ ਮਿਲਦੀਆਂ ਦਿਹਾੜੀ ਤੇ ਲਾਉਂਦਾ ਹੀ ਹੋਏਗਾ ਆਹਦਾ ਦਿਹਾੜੀ ਦਾ ਨਾ ਪੋਛ ਬੜਾ ਔਖਾ ਮੈਂ ਕਿਉਂ ਅੰਦਰ ਰੁਪਈਆ 100 ਵੱਟੀ ਦਾ 60ਾਂ ਦਾ ਤੇਲ ਪਾਣੀ ਪੈ ਜਾਂਦਾ ਵਿੰਹਾਂ ਦਾ ਆਪਣਾ ਗੋਲੀ ਕਟਾ ਖਾ ਛੱਡੀ ਦਾ 20 ਪੁਲਿਸ ਵਾਲੇ ਲੈ ਜਾਂਦੇ ਆ ਤੇ ਲੈ ਦੇ ਕੇ ਹੂਟੇ ਹੀ ਬਚਦੇ ਹੀ ਇਹਨਾਂ ਝੂਟੇ ਹੀ ਬਚਦੇ ਜਿਹੜੇ ਲੈ ਲਏ ਬਸ ਹੋਰ ਨਹੀਂ ਕੁਝ ਬਚਦਾ ਇਹ ਸਾਡਾ ਦੇਸੀ ਪਿੰਡਾਂ ਦਾ ਹੀ ਹਿਊਮਰ ਮੈਂ ਤੁਹਾਨੂੰ ਦੱਸਣਾ ਪਿਆ ਹੁਣ ਜਿੱਦਾਂ ਸਾਡੇ ਉੱਥੇ ਇੱਕ ਅਮੀਰ ਆਲਮਾ ਦਾ ਪਰਿਵਾਰ ਹੈ ਜੀ ਉਹਨਾਂ ਦਾ ਬੁੱਢਾ ਮਰ ਗਿਆ ਮੈਂ ਦੱਸਿਆ ਵੀ ਇਹ ਮਰਦੇ ਵੀ ਹੱਸ ਲੈਂਦੇ ਨੇ ਉਹਨਾਂ ਦਾ ਬੁੱਢਾ ਮਰ ਗਿਆ ਤੇ ਉਡੀਕ ਹੋਣ ਧੀ ਆ ਪਈ ਵੱਡੀ ਕੁੜੀ ਨਹੀਂ ਅਜੇ ਆਈ ਵੱਡੀ ਆਵੇ ਜਗਾਦਰੀ ਵਾਲੀ ਤੇ ਫਿਰ ਲੈ ਕੇ ਜਾਈਏ ਉਹ ਪਤਾ ਨਹੀਂ ਕਿਹੜੀ ਉਹਨੇ ਬੱਸ ਫੜ ਲਈ ਘਰੇ ਬੱਸ 'ਚ ਹੀ ਪੈਦਲ ਆਉਣ ਡਈ ਸੀ ਉਹ ਉਹ ਬੁੱਢਾ ਮਰਿਆ ਵੀ ਸੁੱਕਣੇ ਪਾਇਆ ਉਹਨੇ ਵੀ ਜਿੰਦੇ ਨੇ ਤਾਂ ਕਦੇ ਨਹੀਂ ਕੋਈ ਸਵਾਰਿਆ ਮਰੇ ਤੇ ਸਵਾਰ ਦੋਦ ਹੁਣ 5 ਵਜੇ ਤੋਂ ਬਾਅਦ ਲੈ ਕੇ ਵੀ ਨਹੀਂ ਜਾਣ ਜੋਗੇ ਸਾਢੇ 4 ਵਜੇ ਪਤਾ ਲੱਗਾ ਵੀ ਅੱਡੇ 'ਚ ਉਤਰ ਗਈ ਉਹ ਤੋਂ ਫਟਾਫਟ ਚੱਕ ਚਕਾ ਕੇ ਲਿਆਂਦੀ ਪੌਣੇ ਕ ਪੰਜ ਆ ਕੇ ਤਲੀਜਾਂ ਚ ਡਿੱਗ ਪਈ ਹੁਣ ਗਿੱਲਾ ਮੈਂ ਤੇ ਨਹੀਂ ਢੇਕ ਲੈ ਸਕਦਾ ਪਰ ਸਮਝ ਲਓ ਵੀ ਲੇਰ ਹੀ ਮਾਰੀ ਤਲੀਜਾਂ 'ਤੇ ਕੇ ਐਨੀ ਪਾਪਾ ਉਠਾ ਬੰਦਾ ਪੁੱਛੇ ਜੀ ਉਹਨੇ ਉੱਠਣਾ ਤੇ ਕੱਲ ਰਾਤ ਦਾ ਕਿਉਂ ਪਿਆਓ ਪਾਪਾ ਉਠਾ ਉਹਨੂੰ ਦੱਸ ਜਾਣੇ ਆ ਕੇ ਤਰਲੇ ਮਾਰੇ ਤੂੰ ਉਠੋ ਵਿਚਾਰਾ ਵੇਲਾ ਹੋਵੇ ਅੰਦਰ ਲਿਆਉਂਦੀ ਕੜੀਸ ਕੜਾਸ ਕੇ ਰੋਂਦੀ ਐਦਾਂ ਵੇ ਵੀ ਜਿੱਦਾਂ ਦੁਖੀ ਇਹਨੂੰ ਹੋਰ ਕਿਸ ਨੂੰ ਦੁਖੀ ਨਹੀਂ ਤੇ ਜਦੋਂ ਮੂੰਹ ਖੋਲ ਖੋਲ ਕੇ ਰੋਵੇ ਤੇ ਦੰਦਾ ਚ ਫਸਿਆ ਮਰੁੰਡਾ ਦਿਸੇ ਜਿਹੜਾ ਬੱਸ ਚ ਖੰਦੀ ਆਈ ਐ ਬਾਪਾ ਉੱਠ ਲੈਰਾ ਮਾਰੇ ਉਹ ਪਾਪੇ ਮਰੇ ਤੇ ਨੀਲ ਪਾ ਤੇ ਮਾਰ ਮਾਰ ਕੇ ਨੇ ਪਾਪਾ ਉੱਠ ਵੱਡਾ ਮੁੰਡਾ ਸਹੇਰ ਦਾ ਦੁਖੀ ਬੈਠਾ ਸੀ ਵੀ ਤੇਰੇ ਕਰਕੇ ਲੇਟ ਹੋਣ ਡਏ ਆ ਤੇ ਤੇਰੇ ਖੇਖਣ ਹੀ ਨਹੀਂ ਮੁੱਕਦੇ ਪਾਪਾ ਉੱਠੋ ਕਹਿੰਦਾ ਹੋ ਬਾਪੂ ਉੱਠ ਪਾ ਕਹਿੰਦਾ ਦੂਰੋਂ ਆਈ ਥੱਕੀ ਉਹਨੇ ਪੈਣਾ ਤੂੰ ਉੱਠ ਪਾ ਕਹਿੰਦਾ ਜਦੋਂ ਨੇ ਸੁਣਿਆ ਮੈਨੂੰ ਪਾਣ ਲੈ ਕੇ ਫੇਰ ਤਰਬਕੇ ਪਾਸੇ ਹੋਈ ਲੈ ਚੱਲੋ ਫੇਰ ਲੈ ਚੱਲੋ ਖੈਰ ਜਦੋਂ ਉਹਨੇ ਵੇਖਿਆ ਵੀ ਲੇਟ ਹੋਣ ਡਿਆ ਫਟਾਫਟ ਚੁੱਕੋ 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 ਹੋ ਗਈ ਜਦੋਂ ਚੁੱਕਣ ਲੱਗੇ ਚੁੱਕ ਲਿਆ ਤੁਰ ਪਏ ਉਦੋਂ ਫੇਰ ਕੁੜੀਆਂ ਮਗਰ ਹੀ ਲਮਕਦੀਆਂ ਜਾਣ ਪਾਪਾ ਮੈਂ ਨਹੀਂ ਜਾਣਾ ਵੀ ਲੈ ਜਾ ਨਿਕਨੇ ਨਿਆਣੇ ਪਾਪਾ ਜੀ ਮੈਂ ਵੀ ਜਾਣਾ ਪਾਪਾ ਮੈਨੂੰ ਵੀ ਲੈ ਜਾ ਮਗਰੀ ਲਮਕਦੇ ਜਾਣ ਜਦੋਂ ਨਿਆਣੇ ਨਹੀਂ ਰਖਸ਼ੇ ਪਿੱਛੇ ਲਮਕਦੇ ਹੁੰਦੇ ਪਾਪਾ ਮੈਂ ਵੀ ਜਾਣਾ ਵੱਡਾ ਮੁੰਡਾ ਸ਼ਹਿਰ ਦਾ ਤਪਿਆ ਸੀ ਉਹਨੇ ਪਿੱਛੇ ਮਾਰੀ ਪਵਾ ਕੇ ਲੱਤ ਪਰਾਂ ਮਰੋ ਸਾਰਿਆਂ ਜਾਣਾ ਉਹਨੇ ਸੋਮੋ ਕੀਤੀ ਥੈਂਕ ਯੂ ਜੀ ਅੱਛਾ ਜੇਦੋਂ ਲੈ ਹੀ ਗਏ ਉਹਨਾਂ ਚ ਦਫਨਾਉਂਦੇ ਨੇ ਤੇ ਜਦੋਂ ਉਹਨਾਂ ਕਬਰ ਤੇ ਪਹਿਲਾਂ ਪੁੱਟੀ ਸੀ ਪਾਇਆ ਪਾ ਕੇ ਤੇ ਮਿੱਟੀ ਪਾਈ ਦਫਨਾਣ ਲੱਗੇ ਉਹਨਾਂ ਚ ਇੱਕ ਰਸਮ ਹੈ ਦਫਨਾਉਣ ਤੋਂ ਬਾਅਦ ਨਾ ਦਫਨਾਉਣ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਰਸਮ ਹੈ ਇੱਕ ਕਾਨਾ ਗੱਡ ਦਿੰਦੇ ਨੇ ਉਹ ਜ਼ਮੀਨ ਗਿੱਲੀ ਕਰਕੇ ਕਾਨਾ ਗੱਡ ਦਿੰਦੇ ਆ ਤੇ ਕੋਲੋਂ ਸਲਾਹਕਾਰ ਵੀ ਬੜੇ ਹੁੰਦੇ ਨੇ ਜਦੋਂ ਸਾਡੇ ਨਹੀਂ ਸਿਦਮਾ ਸਾਹਿਬ ਸੰਸਕਾਰ ਤੇ ਜਾਂਦੇ ਸਾਰੇ ਪਿੰਡ ਵਾਲੇ ਪਿੱਛੇ ਖੜੇ ਸਲਾਹਾਂ ਨਹੀਂ ਦੇਈ ਜਾਂਦੇ ਐਦਾਂ ਕਰੋ ਇਧਰ ਨਿੱਕੀਆਂ ਪਛੀਆਂ ਲਾਓ ਪਛੀਆਂ ਛੇਟੀਆਂ ਲਾ ਛੇਟੀਆਂ ਇਧਰ ਛੇਟੀਆਂ ਉਧਰ ਪਰ ਆ ਇਧਰ ਪੈਰਾਂ ਵਾਲੇ ਪਾਸੇ ਲੱਕੜ ਨਹੀਂ ਲਾਏ ਕਾਕਾ ਇਧਰ ਵੀ ਲੱਕੜ ਲਾਓ ਇੱਕ ਅੰਨਾ ਜਿਹਾ ਭਾਈਆ ਪਿੱਛੇ ਖੜਾ ਕਰੀ ਜਾਂਦਾ ਕਹਿੰਦਾ ਸੇਰ ਵਾਲੇ ਪਾਸੇ ਮੁੱਢੀ ਲਾ ਦਿਓ ਮੁੱਢੀ ਹੈ ਸੁਣਦਾ ਕੋਈ ਉਹ ਸੇਰ ਵਾਲੇ ਪਾਸੇ ਮੁੱਢੀ ਲਾਓ ਮੁੱਢੀ ਉਹਨੂੰ ਕਹਿਣਾ ਪੈਂਦਾ ਭਾਈਆ ਚੁੱਪ ਕਰ ਤੇਰੀ ਆਰੀ ਲਾ ਦੇਾਂਗੇ ਅੱਛਾ ਸਲਾਮਾ ਦੂਰੋਂ ਹੀ ਦਿੰਦਾ ਨੇੜੇ ਨਹੀਂ ਹੁੰਦਾ ਫੇ ਮੈਨੂੰ ਕਹਿਣ ਵੀ 92 ਤਾਂ ਤੂੰ ਵੀ ਹੋਇਆ ਹੈ ਪੇ ਕੱਲ ਵੀ ਤੇ ਹੂਟੇ ਲੈ ਕੇ ਆਉਣਾ ਈ ਨਾਲ ਹੀ ਚੱਲਾਂ ਦੂਰੋਂ ਸਲਾਮਾਂ ਦੇ ਹੀ ਜਾਣਗੇ ਏਦਾਂ ਹੀ ਜਦੋਂ ਉਹਨੂੰ ਵਿਚਾਰੇ ਨੂੰ ਦਫਨਾ ਕੇ ਕਾਨਾ ਗੱਡਿਆ ਪਿੱਛੋਂ ਕੋ ਮੇਰੇ ਵਰਗਾ ਆਂਦਾ ਕਾਨਾ ਥੋੜਾ ਥੱਲੇ ਕਰ ਉਹਨੇ ਕਾਨਾ ਥੱਲੇ ਕਰਤਾ ਇਹ ਕਿਧਰੋਂ ਹੋਰ ਬੋਲਿਆ ਆਨਾ ਕਾਨਾ ਥੋੜਾ ਹੋਰ ਥੱਲੇ ਕਰ ਉਹਨੇ ਜ਼ੋਰ ਲਾ ਕੇ ਥੋੜਾ ਹੋਰ ਥੱਲੇ ਕਰਤਾ ਫੇਰ ਪਿੱਛੋਂ ਕੋ ਬੋਲਿਆ ਦਾ ਕਾਕਾ ਕਾਨਾ ਠਾਹ ਕਰ ਹੋਰ ਥੋੜਾ ਉਹਨੇ ਹੋਰ ਥੱਲੇ ਕਰਤਾ ਇਧਰ ਹੋਰ ਇੱਕ ਅੰਨਾ ਜਿਹਾ ਬੋਲਿਆ ਜਰਾ ਆਇਆ ਮੈਂ ਤੇ ਕਹਿਣਾ ਕਾਨਾ ਥੋੜਾ ਹੋਰ ਥੱਲੇ ਹੋ ਸਕਦਾ ਉਹ ਪਹਿਲਾਂ ਦੁਖੀ ਸੀ ਕਹਿੰਦਾ ਕਾਨਾ ਮੁਰਦੇ ਦੇ ਹੱਥ ਚ ਨਾ ਫੜਾ ਦੇ ਆ ਜਿੰਨੀ ਲੋੜ ਹੋਏਗੀ ਖਿੱਚ ਲੇਗਾ ਸੋ ਇੱਕੋ ਹੀ ਕੰਮ ਹੈ ਜਿੰਨੂੰ ਮਰਦਿਆਂ ਵੀ ਹਸਣਾ ਆਉਂਦਾ ਵੇਖ ਲੈ ਤੂੰ ਸੋ ਇਸ ਕਰਕੇ ਨਾ ਤਾਂ ਪੰਜਾਬ ਦਾ ਕੋਈ ਜਵਾਬ ਹੈ ਕਿ ਇਹ ਨਹੀਂ ਕਿ ਆਪਣੀ ਤਰੀਫ਼ ਅਸੀਂ ਆਪ ਕਰਨੇ ਆ ਅਸੀਂ ਦੁਨੀਆ ਘੁੰਮ ਕੇ ਦੇਖ ਲਈ ਜਿੰਨੀ ਸਟੇਜ ਤੁਹਾਡੇ ਸਾਹਮਣੇ ਖੜੀ ਆ ਨਾ ਇਹਨਾਂ ਸਾਰਿਆਂ ਨੇ ਮੁਲਕ ਘੁੰਮ ਕੇ ਦੇਖ ਲਏ ਦੁਨੀਆ ਦਾ ਕੋਈ ਮੁਲਕ ਨਹੀਂ ਛੱਡਿਆ ਤਾਂ ਅੱਜ ਅਸੀਂ ਕਿਸੇ غرور ਨਾਲ ਨਹੀਂ ਕਿਸੇ ਹੰਕਾਰ ਨਾਲ ਨਹੀਂ ਮਾਨ ਨਾਲ ਕਹਿੰਨੇ ਆ ਕਿ ਮਾਲਕ ਨੇ ਸਾਨੂੰ نوازਿਆ ਸਾਰੀਆਂ ਰੁੱਤਾਂ ਇਸ ਧਰਤੀ ਤੇ ਆਉਂਦੀਆਂ ਧਰਤੀ ਦਾ ਹਰ ਰੰਗ ਸਾਡੀ ਇਸ ਧਰਤੀ ਦੇ ਉੱਤੇ ਹੈ ਇਦਾਂ ਦਾ ਅਮੀਰ ਵਿਰਸਾ ਇਦਾਂ ਦੀ ਅਮੀਰ ਜ਼ਬਾਨ ਹੀ ਕਿਤੇ ਨਹੀਂ ਮੈਂ ਬਾਬਾ ਜੀ ਤੁਹਾਡੇ ਇਜਾਜ਼ਤ ਹੈ ਨਾ ਇੱਕ ਗੀਤ ਮੈਂ ਵੀ ਲਿਖਿਆ ਸੀ ਪਿੱਛੇ ਜੱਸੀ ਨੇ ਗਾਇਆ ਮੈਂ ਦੋ ਲਾਈਨਾਂ ਦੀ ਇਜਾਜ਼ਤ ਹੈ ਨਾ ਕਿਉਂਕਿ ਮੈਂ ਸ਼ੌਂਕ ਨੂੰ ਲਿਖਦਾ ਕਦੀ ਕਦੀ ਉਹ ਜੱਸੀ ਨੇ ਪਿੱਛੇ ਜੇ ਗਾਇਆ ਸੀ ਗੀਤ ਮੇਰਾ ਇੱਕ ਕਹਿੰਦਾ ਪੌ ਫੁੱਟ ਦੀ ਚਿੜੀਆਂ ਚੂਕਦੀਆਂ ਕਿਤੇ ਰੋਈਏ ਕੋਇਲਾਂ ਕੂਕਦੀਆਂ ਬਲਦਾਂ ਗਲ ਟੱਲੀਆਂ ਛਣਕਦੀਆਂ ਚਾਟੀ ਕੋਲ ਵੰਗਾ ਖਣਕਦੀਆਂ ਜਿੱਥੇ ਕੁਦਰਤ ਪੰਜਾਂ ਪਾਣੀਆਂ ਤੇ ਸਤਗੁਰ ਪੰਜਾਂ ਬਾਣੀਆਂ ਦੀ ਰਹਿਮਤ ਕਰਦੀ ਉਹ ਪੰਜਾਬ ਦੀ ਧਰਤੀ ਜੀ ਮੇਰੀ ਉਹ ਪੰਜਾਬ ਦੀ ਧਰਤੀ ਨਾ ਤੜਕੇ ਉੱਠ ਜੋਗਾ ਜੋੜਦਾ ਪਾਣੀ ਦੇ ਨੱਕੇ ਮੋੜਦਾ ਜਿਹੜੀ ਧੁੱਪ ਵਿੱਚ ਕਾਹ ਵੀ ਸੜ ਜਾਂਦਾ ਜਦੋਂ ਕਾਹ ਵੀ ਆਲਣੇ ਵੜ ਜਾਂਦਾ ਇਹ ਸ਼ਾਵਾ ਸ਼ਾਵਾ ਬੋਲਦਾ ਜੱਟ ਖੇਤ ਪਸੀਨਾ ਡੋਲਦਾ ਪੁੱਤਰਾ ਮੰਗ ਫਤ ਫਸਲ ਪਲੋਸ ਦਾ ਲੱਖ ਸ਼ੁਕਰ ਮਨਾਉਂਦਾ ਉਸ ਦਾ ਕਿਆ ਰਹਿਮਤ ਵਰਤੀ ਇਹ ਪੰਜਾਬ ਦੀ ਧਰਤੀ ਜੀ ਮੇਰੀ ਇਹ ਪੰਜਾਬ ਦੀ ਧਰਤੀ ਜਿੱਥੇ ਤੁਣ ਤੁਣ ਕਰਕੇ ਤੁਣਕਦੀ ਜਮਲੇ ਦੀ ਤੁੰਬੀ ਬਾਵਾ ਦੀ ਹੇਕ ਤੇ ਗੂੰਜਦੀ ਕਿਤੇ ਰੱਤੀ ਲੂੰਗੀ ਸੁਰਿੰਦਰ ਤੇ ਪ੍ਰਕਾਸ਼ ਕੌਰ ਬੀਬਾ ਮਸਤਾਨਾ ਲੁੱਡੀ ਸੰਮੀ ਜਿੰਦੂਆ ਦਾ ਗਾਉਣ ਤਰਾਨਾ ਕਿਤੇ ਬਾਜ਼ੀ ਕਰਕੇ ਤੇ ਨਕਲੀਏ ਕਿਤੇ ਕੋਲ ਕਬੱਡੀਆਂ ਕਿਤੇ ਬੈਲਾਂ ਦੇ ਨਾਲ ਦੌੜਦੀਆਂ ਰੇਲਾਂ ਵਾਂਗ ਗੱਡੀਆਂ ਕਿਸੇ ਕੁਦ ਕਿਸੇ ਕੁਦਰਤ ਜਿਉ ਕਾਇਨਾਤ ਦੀ ਬਸ ਇੱਕ ਥਾਂ ਭਰਤੀ ਉਹ ਪੰਜਾਬ ਦੀ ਧਰਤੀ ਜੀ ਮੇਰੀ ਉਹ ਪੰਜਾਬ ਦੀ ਧਰਤੀ ਤੇ ਇਹਦਾ ਲਾਸਟ ਅੰਤਰਾ ਇਹ ਸੀਗਾ ਹੁਣ ਲੱਗੀ ਨਜ਼ਰ ਪੰਜਾਬ ਨੂੰ ਕੋਈ ਵਾਰੇ ਮਿਰਚਾਂ ਤੂੰ ਵੀ ਦੀ ਥਾਂ ਫੜ ਲੀਆਂ ਤਲਵਾਰਾਂ ਕਿਰਚਾਂ ਨਸ਼ਿਆਂ ਖਾਲੇ ਚੂੰਡ ਕੇ ਪੰਜਾਬ ਦੇ ਚੋਬਰ ਭੁੱਲ ਗੈਰਤਾਂ ਬਣ ਰਹੇ ਕਿਉਂ ਲੁੱਚੇ ਲੋਫਰ ਰਿਸ਼ਤਿਆਂ ਦੀ ਥਾਂ ਰਹਿ ਗਈਆਂ ਚੀਜ਼ਾਂ ਦੀਆਂ ਲੋੜਾਂ ਬਰਬਾਦੀ ਵੱਲ ਐ ਜਾਣ ਗਿਆ ਇਹ ਅੰਨੀਆਂ ਦੌੜਾਂ ਰੌਣਕ ਗਈ ਪੰਜਾਬ ਦੀ ਫਿਰ ਮੁੜਨਾ ਪਰਤੀ ਇਹ ਪੰਜਾਬ ਦੀ ਧਰਤੀ ਨਹੀਂ ਮੇਰੀ ਇਹ ਪੰਜਾਬ ਦੀ ਧਰਤੀ ਉਹ ਪੰਜਾਬ ਦੀ ਧਰਤੀ ਸੀ ਮੇਰੀ ਉਹ ਪੰਜਾਬ ਦੀ ਧਰਤੀ ਸੋ ਅਸੀਂ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਅਸੀਂ ਕਿਤੇ ਨਾ ਕਿਤੇ ਤਹਈਆ ਕਰੀਏ ਜੋ ਕਰ ਸਕਨੇ ਆ ਜਿਹੜੇ ਬੱਚੇ ਜਿਹੜੇ ਲੋਕ ਲੱਖਾਂ ਰੁਪਏ ਦਾਨ ਨਹੀਂ ਕਰ ਸਕਦੇ ਨਾ ਉਹਨਾਂ ਘਰਾਂ 'ਚ ਬੁਗਣੀਆਂ ਲਾਈਆਂ ਹੁੰਦੀਆਂ ਛੋਟੀਆਂ-ਛੋਟੀਆਂ ਉਹਦੇ 'ਚ ਚਵਾਨੀਆਂ ਹੀ ਪਾਉਂਦੇ ਰਹਿੰਦੇ ਨੇ ਉਹਦੇ ਨਾਲ 100 ਰੁਪਇਆ ਜੋੜ ਕੇ ਵੀ ਕਿਤੇ ਦੇ ਦੇ ਦਿੰਦੇ ਆ ਕਿਸੇ ਦੇ ਕੰਮ ਆ ਜਾਂਦਾ ਸੋ ਆਪੋ ਆਪਣੀ ਥਾਂ ਤੇ ਪੰਜੀ ਦਸੀ ਚਵਾਨੀ ਜੋ ਵੀ ਯੋਗਦਾਨ ਪਾ ਸਕਦੇ ਹੋ ਪੰਜਾਬੀ ਜ਼ੁਬਾਨ ਨੂੰ ਬਚਾਉਣ ਲਈ ਜ਼ਰੂਰ ਪਾਇਆ ਕਰੋ ਬੱਚਿਆਂ ਨੂੰ ਊੜਾ ਐੜਾ ਹੀ ਪੜਾਇਆ ਕਰੋ ਊੜਾ ਐੜਾ ਦੀ ਮਹੱਤਤਾ ਹੀ ਦੱਸ ਦਿਆ ਕਰੋ ਤੇ ਆਪਾਂ ਸਾਰੇ ਆਪ ਸਮਝੋ ਆਪੋ ਆਪਣਾ ਕੰਟ੍ਰਿਬਿਊਟ ਕਰ ਰਹੇ ਆ ਆਪਾਂ ਬਾਪੂ ਕਰਨੈਲ ਸਿੰਘ ਪਾਰਸ ਦਾ ਪੰਜਾਬ ਕਦੇ ਨਹੀਂ ਮਰਨ ਦੇਣਾ ਆਪਾਂ ਅਸਲੀ ਪੰਜਾਬ ਕਦੇ ਨਹੀਂ ਮਰਨ ਦੇਣਾ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਗੁੱਗੀ ਸਾਹਿਬ ਨੇ ਮੀਂਹ ਬੰਦ ਕਰਾਤਾ ਵੇਖ ਲੋ ਤਾੜੀਆਂ ਮਾਰਦੇ ਜ਼ੋਰ ਦਾ ਮੈਂ 10 ਮਿੰਟ ਲਈ ਸਰਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਨਾਲੇ ਤਾਂ 35 40 ਮਿੰਟ ਬੋਲ ਗਏ ਤੇ ਨਾਲੇ ਮੈਂ ਸਮਝਦਾ ਮੀ ਖੇਤਾਲੀ ਅਮਰਤ ਹੈ ਇਹਨਾਂ ਦੇ ਹਾਸੇ ਵਿੱਚ ਵੀ ਪੰਜਾਬੀ ਮਾਂ ਦੀ ਸ਼ਾਨ ਲਈ ਅਮਰਤ ਹੈ ਮੈਂ ਕੋਈ ਸ਼ਬਦ ਨਹੀਂ ਹਰ ਚਾਰਨ ਕੋਲ ਮੇਰੇ ਕੋਲ ਭਾਬੀ ਜੀ ਕੋਲ ਸਾਡੇ ਅੰਦਰਲੇ ਘਰ ਦੇ ਬਾਬਾ ਕਰਤਾਰ ਸਿੰਘ ਦੇ ਟੱਬਰ ਕੋਲ ਸਰਪੰਚ ਕੋਲ ਸਿੱਧ ਸਦਮਾ ਸਾਹਿਬ ਕੋਲ ਨਛੱਤਰ ਸਿੰਘ ਭਗਤਾ ਭਾਈ ਕਾ ਉਹ ਵੀ ਪਹੁੰਚ ਗਏ ਆ ਰਿਸ਼ਤੇਦਾਰੀ ਹੈ ਸਰਦਾਰ ਪਰਮਜੀਤ ਸਿੰਘ ਬਰਾੜ ਹਾਈ ਕੋਰਟ ਦੇ ਵਕੀਲ ਆ ਉਹ ਵੀ ਪਹੁੰਚ ਗਏ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਰਦਾਰ ਗੁਰਪ੍ਰੀਤ ਸਿੰਘ ਜੀ ਇੱਕ ਮਿੰਟ ਬਈ ਅਸੀਂ ਤੁਹਾਡੇ ਆਿਆਂ ਦਾ ਕੋਈ ਮੁੱਲ ਦੇ ਹੀ ਨਹੀਂ ਸਕਦੇ ਕੋਈ ਮੁੱਲ ਹੀ ਨਹੀਂ ਕੋਈ ਜ਼ਮੀਨਾਂ ਸੋਨਾ ਮੁੱਲ ਨਹੀਂ ਕੋਈ ਪੈਸੇ ਮੁੱਲ ਨਹੀਂ ਇੱਕੋ ਗੱਲ ਅਸੀਂ ਸਿਰ ਤੁਹਾਡੇ ਗੋਡਿਆਂ ਤੱਕ ਝੁਕਾ ਕੇ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਐਡਾ ਮਾਣ ਬਣਾਇਆ ਐਡਾ ਮਾਣ ਫਿਲਮ ਛੱਡ ਕੇ ਆਏ ਆ ਤੇ ਫਿਲਮ ਜਾ ਕੇ ਸ਼ੂਟਿੰਗ 'ਚ ਹਿੱਸਾ ਲੈਣਾ ਸੋ ਮੈਂ ਸਾਰਿਆਂ ਨੂੰ ਕਹਿਣਾ ਆਪਾਂ ਪੰਚਾਇਤ ਸਾਰੇ ਕਿਤਾਬ ਹਾਂਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਗੁਰਪ੍ਰੀਤ ਖੁੱਗੀ ਜੀ ਦੇ ਲਈ ਜ਼ੋਰਦਾਰ ਮੈਂ ਕਹਿਆ ਜੀ RAMU ਵਾਲੀਆ ਸਾਹਿਬ ਨੇ ਕਿਹਾ ਸੀ 10 ਮਿੰਟ ਲਾਉਣੇ ਆ 11ਵਾਂ ਲਾ ਦੇਗਾ ਤਾਂ ਮੀਂਹ ਰੁਕ ਜੂ ਮੈਂ 20 25 ਲਾ ਦੇ ਤੋਪੀ ਚੜ ਗਈ